ਨਾਭਾ ਬਲਾਕ ਦੇ ਪਿੰਡ ਟੋੜਾ ਦੇ ਸਰਕਾਰੀ ਸਕੂਲ ਵਿੱਚ 11ਵੀਂ ਜਮਾਤ ਦੇ ਵਿਦਿਆਰਥਣ ਵੀਰਪਾਲ ਦੇ ਨਾਲ ਸਕੂਲ ਦੇ ਅਧਿਆਪਕਾਂ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਵਿੱਚ ਪਿਛਲੇ ਦਿਨੀ ਸਾਰੇ ਸਕੂਲ ਦੇ ਅਧਿਆਪਕਾਂ ਦਾ ਤਬਾਦਲਾ ਕਰ ਦਿੱਤੇ ਜਾਂਦੇ ਰੋਸ ਵਜੋਂ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਅੱਜ ਸਕੂਲ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇਮਤਿਹਾਨ ਹੈ, ਪਰ ਸਕੂਲ ਵਿੱਚ ਕੋਈ ਅਧਿਆਪਕ ਮੌਜੂਦ ਨਾ ਹੋਣ ਕਾਰਨ ਇਮਤਿਹਾਨ ਨਹੀਂ ਹੋ ਪਾਇਆ। ਇਸ ਦੇ ਰੋਸ ਵਜੋਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਸਕੂਲ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਨਾਲ ਹੀ ਉਹਨਾਂ ਮੰਗ ਕੀਤੀ ਕਿ ਬਾਕੀ ਅਧਿਆਪਕਾਂ ਨੂੰ ਸਕੂਲ ਵਿੱਚ ਜਲਦ ਤੈਨਾਤ ਕੀਤਾ ਜਾਵੇ। ਸਰਕਾਰ ਨੇ ਬਿਨਾਂ ਸੋਚੇ ਸਮਝੇ ਅਸੀਂ ਮੰਨਦੇ ਹਾਂ ਜਿਹੜੇ ਮਤਲਬ ਟੀਚਰ ਨੇ ਜਿਨ੍ਹਾਂ 'ਤੇ ਬਲੇਮ ਲੱਗਿਆ, ਅਸੀਂ ਕਹਿੰਦਾ ਠੀਕ ਹੈ ਚਲੋ ਕੁੜੀ ਸਹੀ ਆ, ਅਸੀਂ ਉਹ ਟੀਚਰ ਬਦਲ ਜਾਣ, ਪਰ ਸਾਡਾ ਸਮੁੱਚਾ ਸਟਾਫ ਹੈ ਬਦਲ ਦਿੱਤਾ ਇਹਨਾਂ ਨੇ। ਨੰਬਰ 2, ਸਾਡੇ ਇੱਕ ਟੀਚਰ ਐਸਾ ਜਿਹਨੂੰ ਵਿਚਾਰੀ ਨੂੰ ਅੱਖਾਂ ਤੋਂ ਵੀ ਨਜ਼ਰ ਨਹੀਂ ਆ ਰਿਹਾ, ਔਰ ਉਸ ਟੀਚਰ ਨੂੰ ਘਰੋਂ ਫੜ ਕੇ ਉਰੇ ਤੱਕ ਲੈ ਕੇ ਉਹਦੀ ਵੀ ਵਿਚਾਰੀ ਇਹਨਾਂ ਨੇ ਬਦਲੀ ਕਰਤੀ। ਅਸੀਂ ਇਹ ਚਾਹੁੰਦੇ ਵੀ ਜਿਹੜਾ ਸਾਡਾ, ਕਿਉਂਕਿ ਮੇਰੇ ਬੱਚੇ ਨੇ ਜੋ ਸਿਲੇਬਸ ਕਰਾਇਆ ਹੋਇਆ ਬੱਚਿਆਂ ਦਾ, ਹੁਣ ਜਿਹੜਾ ਅਧਿਆਪਕ ਸਿਲੇਬਸ ਕਰਾਇਆ ਬੱਚਿਆਂ ਨੂੰ ਉਸੇ ਸਿਲੇਬਸ ਬਾਰੇ ਪਤਾ, ਆਮ ਸਿਲੇਬਸ ਬਾਰੇ ਤਾਂ ਹੁਣ ਬੱਚੇ, ਹੁਣ ਜਿਹੜਾ ਨਵਾਂ ਅਧਿਆਪਕ ਉਹ ਸਿਲੇਬਸ ਉਹਨਾਂ ਨੂੰ ਕੀ ਸਮਝਾਊਗਾ, 2 ਮਹੀਨੇ ਪੇਪਰਾਂ 'ਚ ਰਹਿ ਗਏ। ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਵੀ ਸਾਡਾ ਸਟਾਫ ਉਹੀ, ਅਸੀਂ ਮੰਨਦੇ ਵੀ 3 ਮਹੀਨੇ ਬਾਅਦ ਬਦਲ ਦਿਓ, ਸਾਨੂੰ ਕੋਈ ਚੱਕਰ ਨਹੀਂ, ਪਰ 3 ਮਹੀਨੇ ਸਾਡਾ ਸਟਾਫ ਉਹੀ ਰੱਖਿਆ ਜਾਵੇ।